ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ। ਅੱਜ ਉਸ ਮਹਾਨ ਕਾਮੇਡੀਅਨ ਕਲਾਕਾਰ ਦੀ ਆਪਾਂ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ, ਜਿਨ੍ਹਾਂ ਨੂੰ ਆਪਾਂ ਕਾਮੇਡੀ ਦਾ ਬਾਦਸ਼ਾਹ ਜਾਂ ਕਿੰਗ ਵੀ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਦਾ ਇੱਕ ਇੱਕ ਪੰਚ ਸਾਨੂੰ ਸਭ ਨੂੰ ਹੱਸਣ ਲਈ ਮਜਬੂਰ ਕਰ ਦਿੰਦਾ। ਹਾਂਜੀ ਦੋਸਤੋ, ਮੇਰੀ ਮੁਰਾਦ ਹੈ ਜਸਵਿੰਦਰ ਭੱਲਾ ਜੀ, ਜੋ ਕਿ ਬਹੁਤ ਹੀ ਵਧੀਆ ਕਾਮੇਡੀਅਨ ਹੋਣ ਦੇ ਨਾਲ ਨਾਲ ਐਕਟਰ ਵੀ ਬਹੁਤ ਵਧੀਆ, ਅਤੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਸੋ ਦੋਸਤੋ, ਆਪਾਂ ਜਸਵਿੰਦਰ ਭੱਲਾ ਜੀ ਦੇ ਜੀਵਨ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਬਾਰੇ ਪੂਰੇ ਵਿਸਤਾਰ ਵਿੱਚ ਗੱਲ ਕਰਾਂਗੇ। ਸੋ ਮੈਂ ਤੁਹਾਨੂੰ ਸਭ ਨੂੰ ਰਿਕੁਐਸਟ ਕਰੂੰਗਾ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਅਤੇ ਜੇ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਇੱਕ ਪਿਆਰਾ ਜਿਹਾ ਅਤੇ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਸੋ ਦੋਸਤੋ, ਇਸ ਵੀਡੀਓ ਦੀ ਮੈਨੂੰ ਕਾਫੀ ਸਮੇਂ ਤੋਂ ਫਰਮਾਇਸ਼ ਆਈ ਹੋਈ ਸੀ, ਸੋ ਸਭ ਦੋਸਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹੋਏ ਆਪਾਂ ਅੱਜ ਤੁਹਾਡੇ ਲਈ ਇਹ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਸੋ ਦੋਸਤੋ, ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਜਸਵਿੰਦਰ ਭੱਲਾ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਇਟਸ ਯੂਅਰ ਬੋਰੀ ਹੋਰੀ ਬਾਬਾ। ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਪਿਤਾ ਬਹਾਦਰ ਸਿੰਘ ਭੱਲਾ ਦੇ ਘਰ ਸਿਟੀ ਦੁਰਾਹਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿਖੇ ਹੋਇਆ। ਜਸਵਿੰਦਰ ਭੱਲਾ ਦੇ ਪਿਤਾ ਇੱਕ ਪ੍ਰਾਇਮਰੀ ਸਕੂਲ ਟੀਚਰ ਸਨ, ਇਸੇ ਕਰਕੇ ਉਹਨਾਂ ਦੇ ਘਰ ਵਿੱਚ ਪੜ੍ਹਾਈ ਦਾ ਵਧੀਆ ਮਾਹੌਲ ਸੀ, ਅਤੇ ਜਸਵਿੰਦਰ ਭੱਲਾ ਜੀ ਨੇ ਆਪਣੀ ਸਕੂਲਿੰਗ ਦੁਰਾਹਾ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ। ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਭੱਲਾ ਸਾਹਿਬ ਨੇ PhD ਕਰਨ ਦਾ ਫੈਸਲਾ ਲਿਆ, ਅਤੇ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਐਗਰੀਕਲਚਰ ਸਾਇੰਸ ਵਿੱਚ ਆਪਣੀ PhD ਦੀ ਡਿਗਰੀ ਪੂਰੀ ਕੀਤੀ। ਡਿਗਰੀ ਪੂਰੀ ਕਰਨ ਤੋਂ ਬਾਅਦ ਭੱਲਾ ਸਾਹਿਬ ਨੂੰ PAU ਲੁਧਿਆਣਾ ਇੱਥੇ ਹੀ ਜੌਬ ਮਿਲ ਗਈ, ਅਤੇ ਉਹ ਹੁਣ ਤੱਕ ਐਜ਼ ਏ ਪ੍ਰੋਫੈਸਰ ਐਗਰੀਕਲਚਰ ਡਿਪਾਰਟਮੈਂਟ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਦੋਸਤੋ, ਜਸਵਿੰਦਰ ਭੱਲਾ ਜੀ ਦੀ ਮੈਰਿਜ ਹੋਈ ਸੀ ਪਰਮਦੀਪ ਕੌਰ ਭੱਲਾ ਜੀ ਨਾਲ, ਜੋ ਕਿ ਫਾਈਨ ਆਰਟਸ ਦੇ ਟੀਚਰ ਨੇ, ਅਤੇ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ। ਉਹਨਾਂ ਦੇ ਬੇਟੇ ਦਾ ਨਾਮ ਹੈ ਪੁਖਰਾਜ ਭੱਲਾ, ਅਤੇ ਉਹਨਾਂ ਦੀ ਬੇਟੀ ਦਾ ਨਾਮ ਹੈ ਅਸ਼ਪ੍ਰੀਤ ਕੌਰ ਭੱਲਾ। ਸੋ ਦੋਸਤੋ, ਉਹਨਾਂ ਦਾ ਜਿਹੜਾ ਬੇਟਾ ਹੈ ਉਹ ਵੀ ਇਸ ਲਾਈਨ ਦੇ ਵਿੱਚ ਐਂਟਰੀ ਕਰ ਚੁੱਕਿਆ। ਉਹਨਾਂ ਦੀ ਪਹਿਲਾਂ ਇੱਕ ਮੂਵੀ ਆਈ ਸੀ ਸਟੂਪਿਡ 7, ਉਸ ਤੋਂ ਬਾਅਦ ਵਿਸਾਖੀ ਲਿਸਟ, ਅਤੇ ਆਪਾਂ ਨੂੰ ਉਮੀਦ ਆ ਕਿ ਜਲਦੀ ਹੀ ਉਹ ਇੱਕ ਹੋਰ ਵਧੀਆ ਮੂਵੀ ਵੀ ਲੈ ਕੇ ਆਉਣਗੇ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਜਸਵਿੰਦਰ ਭੱਲਾ ਜੀ ਐਕਟਿੰਗ ਅਤੇ ਕਾਮੇਡੀ ਲਾਈਨ ਨਾਲ ਕਿਵੇਂ ਜੁੜੇ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਸਵਿੰਦਰ ਭੱਲਾ ਜੀ ਨੂੰ ਬਚਪਨ ਤੋਂ ਹੀ ਐਕਟਿੰਗ ਅਤੇ ਕਾਮੇਡੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਜਦੋਂ ਉਹ ਸਕੂਲ ਵਿੱਚ ਸਨ ਤਾਂ ਉਹ ਉੱਥੇ ਵੀ ਆਪਣੇ ਜਿਹੜੇ ਰੋਲ ਹੁੰਦੇ ਸੀ, ਜਿਵੇਂ ਐਕਟਿੰਗ ਜਾਂ ਕਾਮੇਡੀ ਦਾ ਕੋਈ ਵੀ ਰੋਲ ਮਿਲਦਾ ਸੀ ਤਾਂ ਉਹ ਜ਼ਰੂਰ ਕਰਦੇ ਸੀ। ਫਿਰ ਉਹ ਕਾਲਜ ਵਿੱਚ ਗਏ, ਅੱਗੇ ਯੂਨੀਵਰਸਿਟੀ ਵਿੱਚ ਗਏ, ਤਾਂ ਉਹਨਾਂ ਨੇ ਆਪਣਾ ਜਿਹੜਾ ਸਟੱਡੀ ਦੇ ਨਾਲ ਨਾਲ ਐਕਟਿੰਗ ਅਤੇ ਕਾਮੇਡੀ ਦਾ ਜਿਹੜਾ ਉਹਨਾਂ ਦਾ ਸ਼ੌਂਕ ਸੀ ਉਹ ਪੂਰਾ ਕਰਦੇ ਰਹੇ, ਸਟੇਜਾਂ ਦੇ ਉੱਪਰ ਆਪਣੀ ਪਰਫਾਰਮੈਂਸ ਦਿੰਦੇ ਰਹੇ। ਜਦੋਂ ਵੀ ਇੰਡੀਪੈਂਡੈਂਸ ਡੇ 'ਤੇ ਜਾਂ ਰਿਪਬਲਿਕ ਡੇ 'ਤੇ ਕੋਈ ਵੀ ਸ਼ੋਅ ਹੁੰਦਾ ਸੀ ਤਾਂ ਉੱਥੇ ਵੀ ਉਹ ਜ਼ਰੂਰ ਪਰਫਾਰਮ ਕਰਦੇ ਸੀ। ਇਸ ਤੋਂ ਬਿਨਾਂ ਦੋਸਤੋ, ਸਮੇਂ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਹੋ ਰਿਹਾ ਸੀ ਤਾਂ ਉਹਨਾਂ ਨੇ ਅਤੇ ਉਹਨਾਂ ਦੇ ਦੋਸਤ ਬਾਲ ਮਕੰਦ ਸ਼ਰਮਾ ਨੇ ਉੱਥੇ ਪਰਫਾਰਮੈਂਸ ਦਿੱਤੀ, ਤਾਂ ਉਸੇ ਸਮੇਂ ਹੀ ਦੂਰਦਰਸ਼ਨ ਕੇਂਦਰ ਜਲੰਧਰ ਨੇ ਉਹਨਾਂ ਨੂੰ ਨੋਟਿਸ ਕੀਤਾ। ਉੱਥੇ ਉਹਨਾਂ ਨੂੰ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਲੱਗੀ, ਫਿਰ ਉਹ ਦੂਰਦਰਸ਼ਨ ਨਾਲ ਜੁੜ ਗਏ ਅਤੇ ਉਹਨਾਂ ਨੇ ਆਪਣੀ ਪਰਫਾਰਮੈਂਸ ਦੂਰਦਰਸ਼ਨ ਉੱਪਰ ਵੀ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਿਨਾਂ ਦੋਸਤੋ, ਜਸਵਿੰਦਰ ਭੱਲਾ ਜੀ ਅਤੇ ਉਹਨਾਂ ਦਾ ਜਿਹੜਾ ਦੋਸਤ ਸੀ ਬਾਲ ਮਕੰਦ ਸ਼ਰਮਾ, ਜੋ ਕਿ ਜਦੋਂ ਉਹ ਯੂਨੀਵਰਸਿਟੀ ਵਿੱਚ ਆਪਣੀ PhD ਦੀ ਡਿਗਰੀ ਕਰ ਰਹੇ ਸੀ, ਉਹ ਕਲਾਸਮੇਟ ਸੀ ਉਹਨਾਂ ਦਾ, ਉਹਨਾਂ ਨੇ ਸ਼ਨਕਾਟਾ ਸੀਰੀਜ਼ ਲੈ ਕੇ ਆਉਣ ਦਾ ਫੈਸਲਾ ਕੀਤਾ, ਅਤੇ ਉਹਨਾਂ ਨੇ 1988 ਵਿੱਚ ਜਿਹੜਾ ਪਹਿਲੀ ਐਲਬਮ ਲੈ ਕੇ ਆਏ ਉਹ ਸ਼ਨਕਾਟਾ 1988, ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਇਸ ਵਿੱਚ ਉਹਨਾਂ ਨੇ ਜਿਹੜੇ ਕਾਫੀ ਸਾਰੇ ਜਿਵੇਂ ਕਰੈਕਟਰ ਵੀ ਸ਼ਨਕਾਟਾ ਵਿੱਚ ਐਂਟਰ ਕੀਤੇ, ਜਿਵੇਂ ਚਾਚਾ, ਚਤੁਰ ਸਿੰਘ, ਫਿਰ ਭਾਨਾ, ਫਿਰ ਤਾਇਆ, ਫੁੰਮਣ ਸਿੰਘ, ਇਹ ਉਹਨਾਂ ਦੇ ਕੁਝ ਕਰੈਕਟਰ ਸੀ ਜਿਹੜੇ ਉਹਨਾਂ ਨੇ 27 ਸ਼ਨਕਾਟਾ ਦੇ ਜਿਹੜੇ ਐਲਬਮ ਲੈ ਕੇ ਆਏ ਆਡੀਓ ਵੀਡੀਓ, ਅਤੇ ਇਸ ਵਿੱਚ ਉਹਨਾਂ ਨੇ ਇਹ ਕਰੈਕਟਰ ਪਲੇ ਕੀਤੇ ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਦੋਸਤੋ, ਹੁਣ ਆਪਾਂ ਜਸਵਿੰਦਰ ਭੱਲਾ ਸਾਹਿਬ ਦੇ ਫਿਲਮੀ ਕਰੀਅਰ ਦੀ ਗੱਲ ਕਰਦੇ ਹਾਂ। ਜਸਵਿੰਦਰ ਭੱਲਾ ਸਾਹਿਬ ਹੁਣ ਤੱਕ 40 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਆ, ਅਤੇ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਸੀ ਉਹ 1988 ਵਿੱਚ ਆਈ ਸੀ, ਫਿਲਮ ਦਾ ਨਾਮ ਸੀ ਦੁੱਲਾ ਭੱਟੀ, ਅਤੇ ਉਹਨਾਂ ਦੇ ਰੋਲ ਨੂੰ ਉਸ ਫਿਲਮ ਵਿੱਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ। ਫਿਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਇੱਕ ਵਧੀਆ ਅਤੇ ਸੁਪਰ ਹਿੱਟ ਫਿਲਮ ਵਿੱਚ ਕੰਮ ਕੀਤਾ, ਅਤੇ ਉਹਨਾਂ ਦੀ ਖਾਸੀਅਤ ਹਰੇਕ ਫਿਲਮ ਵਿੱਚ ਇਹ ਹੁੰਦੀ ਹੈ ਕਿ ਉਹ ਇੱਕ ਅਲੱਗ ਹੀ ਤਕੀਆ ਕਲਾਮ ਲੈ ਕੇ ਪੇਸ਼ ਹੁੰਦੇ ਆ, ਜਿਸ ਨੂੰ ਦਰਸ਼ਕ ਬਹੁਤ ਜ਼ਿਆਦਾ ਪਿਆਰ ਦਿੰਦੇ ਆ। ਜਿਵੇਂ ਕੁਝ ਉਹਨਾਂ ਦੇ ਬਹੁਤ ਹੀ ਸੁਪਰ ਹਿੱਟ ਜਿਹੜੇ ਤਕੀਆ ਕਲਾਮ ਆ ਫਿਲਮਾਂ ਵਿੱਚ ਉਹ ਅਕਸਰ ਵਰਤਦੇ ਆ, ਅਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਜ਼ਿਕਰ ਕਰੂੰਗਾ। ਜਿਵੇਂ ਉਹਨਾਂ ਦਾ ਇੱਕ ਜੀਜਾ ਜੀ ਫਿਲਮ ਵਿੱਚ ਤਕੀਆ ਕਲਾਮ ਸੀ, ਜੁੱਤੀ ਤੰਗ ਜਵਾਈ ਨੰਗ ਸਾਰੀ ਉਮਰ ਬੰਦੇ ਦੀ ਮੱਤ ਮਾਰ ਦਿੰਦੇ ਆ।
ਫਿਰ ਸੀ ਮੇਲ ਕਰਾ ਦੇ ਰੱਬਾ ਵਿੱਚ ਸਾਡਾ ਪਟੋਲਾ ਸਾਥੋਂ ਹੀ ਓਲਾ ਫਿਰ ਜਿਹਨੇ ਮੇਰਾ ਦਿਲ ਲੁੱਟਿਆ ਵਿੱਚ ਸੀ ਸਹੇਲੀ ਦੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ ਜੱਟ ਐਂਡ ਜੂਲੀਅਟ ਵਿੱਚ ਸੀ ਜੇ ਚੰਡੀਗੜ੍ਹ ਢਹਿ ਜੂ ਪਿੰਡਾਂ ਵਰਗਾ ਤਾਂ ਰਹਿ ਜੂ ਜੇ ਪਿੰਡ ਹੀ ਢਹਿ ਗਏ ਤਾਂ ਪਿੱਛੇ ਕੀ ਰਹਿ ਜੂ ਫਿਰ ਕੈਰੀਅਰ ਜੱਟਾਂ 'ਚ ਸਾਰੀ ਗੰਦੀ ਲਾਦ ਨਾ ਮਜ਼ਾ ਨਾ ਸਵਾਦ ਇਹ ਉਹਨਾਂ ਦੇ ਕੁਝ ਤਕੀਆ ਕਲਾਮ ਸੀ ਜਿਹੜੇ ਫਿਲਮਾਂ ਵਿੱਚ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਇਸ ਤੋਂ ਬਿਨਾਂ ਵੀ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਤਕੀਆ ਕਲਾਮ ਆ ਸੋ ਦੋਸਤੋ ਆਪਾਂ ਤਾਂ ਅੰਤ ਵਿੱਚ ਇਹੀ ਅਰਦਾਸ ਕਰਾਂਗੇ ਕਿ ਜਸਵਿੰਦਰ ਭੱਲਾ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅਤੇ ਆਪਣੇ ਸੋਹਣੇ ਸੋਹਣੇ ਕਾਮੇਡੀ ਰੋਲਸ ਦੇ ਨਾਲ ਪੰਜਾਬੀਆਂ ਦੀ ਸੇਵਾ ਕਰਦੇ ਰਹਿਣ ਉਹਨਾਂ ਨੂੰ ਹਸਾਉਂਦੇ ਰਹਿਣ ਸੋ ਦੋਸਤੋ ਇੰਨੇ ਸ਼ਬਦਾਂ ਨਾਲ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ ਅਤੇ ਤੁਹਾਨੂੰ ਅੰਤ ਵਿੱਚ ਇਹ ਰਿਕੁਐਸਟ ਜ਼ਰੂਰ ਕਰਾਂਗੇ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਦੋਸਤੋ ਜੇਕਰ ਤੁਹਾਡੀ ਕੋਈ ਫਰਮਾਇਸ਼ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਇਸ ਵੀਡੀਓ ਦੇ ਨੀਚੇ ਇਸ ਤੋਂ ਬਿਨਾਂ ਆਪਣਾ ਬੋਲੀ ਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ ਤੁਸੀਂ ਮੈਨੂੰ ਉੱਥੇ ਡਾਇਰੈਕਟ ਮੈਸੇਜ ਭੇਜ ਕੇ ਵੀ ਆਪਣੀ ਫਰਮਾਇਸ਼ ਦੱਸ ਸਕਦੇ ਹੋ ਅਤੇ ਮੈਂ ਤੁਹਾਡਾ ਜਲਦੀ ਤੋਂ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਸੋ ਦੋਸਤੋ ਲੈਣੇ ਤੁਹਾਡੇ ਤੋਂ ਇਜਾਜ਼ਤ ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ